ਹਾਂਜੀ ਦੋਸਤੋ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਜਿਹੜੇ ਪ੍ਰੋਟੈਸਟ ਚੱਲ ਰਹੇ ਨੇ ਉਹਨਾਂ ਦੀ ਇੱਕ ਨਵੀਂ ਵੀਡੀਓ ਨਾਮਾ ਬਿਆਨ ਕੀ ਕੀ ਆਏ BC ਨੂੰ ਪ੍ਰਧਾਨ ਨੇ ਸਟੂਡੈਂਟ ਯੂਨੀਅਨ ਦੀ ਏਕਤਾ ਨੇ ਪੂਰੀ ਵੀਡੀਓ ਫੈਸਲਾ ਤੁਹਾਨੂੰ ਇਸ ਵੀਡੀਓ ਚ ਦੱਸਾਂਗੇ ਜਰੂਰ ਵੀਡੀਓ ਲਾਸਟ ਤੱਕ ਦੇਖਣਾ ਤੇ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਾਂ ਤੇ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਤਾਂ ਜੋ ਤੁਹਾਡੇ ਤੱਕ ਸਾਰੀ ਇਨਫੋਰਮੇਸ਼ਨ ਨਵੀਂ ਪਹੁੰਚ ਸਕੇ ਜਿਵੇਂ ਮੈਂ ਤੁਹਾਨੂੰ ਕੱਲ ਹੀ ਵੀਡੀਓ ਵਿੱਚ ਦੱਸਿਆ ਸੀ ਜੇਕਰ ਤੁਸੀਂ ਨਹੀਂ ਦੇਖੀ ਤਾਂ ਲਿੰਕ ਡਿਸਕ੍ਰਿਪਸ਼ਨ ਦਿੱਤਾ ਹੋਇਆ ਜਾ ਕੇ ਉਸ ਨੂੰ ਜ਼ਰੂਰ ਦੇਖੋ ਕਿ VC ਨੇ ਕੀ ਕਿਹਾ एग्जाम ਨੂੰ ਲੈ ਕੇ ਕਦੋਂ ਤੱਕ ਫੈਸਲਾ ਆਊਗਾ ਉਹਨਾਂ ਨੇ ਕਿਹਾ ਹੈ ਕਿ ਜਾਨੀ ਕਿ ਮੰਡੀ ਤੱਕ ਕਿਹੜਾ ਫੈਸਲਾ ਤੁਹਾਡਾ ਆ ਜਾਊਗਾ ਲੇਕਿਨ ਅੱਜ ਇੱਕ ਨਵਾਂ ਬਿਆਨ ਸਾਹਮਣੇ ਆਇਆ ਵਾ ਸਟੂਡੈਂਟ ਜੂਨੀਅਰ ਦੇ ਪ੍ਰਧਾਨ ਦਾ ਤੇ ਫੈਸਲਾ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਲਾਸਟ ਤੱਕ ਦੇਖਿਓ ਹਾਂਜੀ ਸ਼ੁਰੂ ਕਰਦੇ ਆਂ ਵੀਡੀਓ ਗੁਰਨਾਨਦ ਦੇਵ ਯੂਨੀਵਰਸਲ ਡੇ 2 ਸੀਰ ਦਾ ਪ੍ਰੋਟੈਸਟ ਚੱਲ ਰਿਹਾ ਹੈ ਜਲੰਧਰ ਦੇ ਵਿੱਚ ਵੀ ਚੱਲ ਰਿਹਾ ਹੈ ਤੇ ਤਿੰਨ ਚਾਰ ਜ਼ਿਲ੍ਹਿਆਂ ਦੇ ਵਿੱਚ ਚੱਲ ਰਿਹਾ ਹੈ ਅੱਜ ਪੂਰਾ ਜਲੰਧਰ ਬੰਦ ਹੈ ਉਹਨਾਂ ਦੁਆਰਾ ਕੀਤਾ ਗਿਆ ਹੈ ਤੇ ਬਹੁਤ ਵੱਡਾ ਪ੍ਰੋਟੈਸਟ ਚੱਲ ਰਿਹਾ ਹੈ ਤੇ ਜੇਕਰ ਆਪਾਂ ਦੂਸਰੀ ਗੱਲ ਕਰੀਏ ਤਾਂ ਵੀਸੀ ਨੇ ਕਿਹਾ ਹੈ ਕਿ ਮੰਡੇ ਤੱਕ ਫੈਸਲਾ ਆ ਜਾਊਗਾ ਲੇਕਿਨ ਅੱਜ ਪ੍ਰਧਾਨ ਨੇ ਦਾ ਫੈਸਲਾ ਇਹ ਆਇਆ ਹੈ ਕਿ ਉਹਨਾਂ ਨੇ ਕਿਹਾ ਕਿ ਅਸੀਂ ਪੇਪਰ ਦੇਣੀ ਹੈ ਤਾਂ ਦੇਣੀ ਆਨਲਾਈਨ ਹੀ ਦੇਣੀ ਹੈ ਅਸੀਂ ਆਫਲਾਈਨ ਪੇਪਰ ਨਹੀਂ ਦੇਣੇ ਤੇ ਮੰਡੇ ਤੱਕ ਫੈਸਲਾ ਆਊਗਾ ਕਈ ਬੱਚਿਆਂ ਦੇ ਪੇਪਰ ਮੰਡੇ ਨੂੰ ਹੈਗੇ ਨੇ ਠੀਕ ਹੈ ਇਸ ਕਰਕੇ ਉਹਨਾਂ ਨੇ ਕਿਹਾ ਕਿ ਫੈਸਲਾ ਵੀ ਸੀ ਜਲ ਤੋਂ ਜਲਦ ਕਰੇ ਨਹੀਂ ਤਾਂ ਸਾਨੂੰ ਸਟੂਡੈਂਟ ਵੱਲੋਂ ਕੋਈ ਅਜੀਹਾ ਫੈਸਲਾ ਲਿਆ ਜਾਣਾ ਜਿੰਨਾ ਨੂੰ ਫਿਰ ਯੂਨੀਵਰਸਿਟੀ ਨਹੀਂ ਸਹਾਰ ਸਕੂਗੀ ਉਹਨਾਂ ਨੇ ਇਹ ਕਿਹਾ ਹੈ ਤੇ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਨਾਲ ਤਾਂ ਜੋ ਉਹਨਾਂ ਤੱਕ ਵੀ ਸਾਰੀ ਇਨਫੋਰਮੇਸ਼ਨ ਪਹੁੰਚ ਸਕੇ ਉਸ ਵੀਡੀਓ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਜਿੱਦਣਾ ਜਾ ਕੇ ਇੰਸਟਾਗ੍ਰam ਤੇ ਦੇਖ ਲਓ ਤੇ ਕੀ ਆਇਆ ਬਿਆਨ ਜਰੂਰ ਤੁਸੀਂ ਉਹ ਵੀਡੀਓ ਨੂੰ ਵੀ ਸ਼ੇਅਰ ਕਰ ਦੇਣਾ ਇੰਸਟਾਗ੍ਰam ਤੇ ਫਾਲੋ ਕਰ ਲਿਓ ਉਹ ਲਿੰਕ ਮੈਂ ਤੁਹਾਨੂੰ ਡਿਸਕ੍ਰਿਪਸ਼ਨ ਜੇ ਦੇ ਦੇਣਾ ਜਾ ਕੇ ਵੀਡੀਓ ਦੇਖੋ ਠੀਕ ਹੈ ਨਾਮਾ ਬਿਆਨ ਇਹ ਹੀ ਹੈ ਕਿ ਜਤ ਜਲ ਫੈਸਲਾ ਲਵੇ ਨਹੀਂ ਤਾਂ ਅਸੀਂ ਕੋਈ ਅਜੀਹਾ ਫੈਸਲਾ ਲੈ ਲੈਣਾ ਜਿਹਨੂੰ ਯੂ